ਜੈ ਸਾਈਂ ਜੀ ਦੀ। ਰੱਬ ਇੱਕ ਜੈ ਸਾਈਂ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ। ਬਾਬਾ ਜੀ ਕਹਿੰਦੇ ਕਿ ਪ੍ਰੇਮ ਨਾਲ ਚੜਾਇਆ ਹੋਇਆ ਛੋਟਾ ਜਿਹਾ ਦਾਨ ਵੀ ਕੁਛ ਵੀ ਆਪਣੇ ਹੱਥੀਂ ਜੇ ਬੰਦਾ ਪ੍ਰੇਮ ਨਾਲ ਅਰਪਣ ਕਰੇ ਤਾਂ ਉਹ ਕਬੂਲ ਹੋ ਜਾਂਦਾ ਹੈ। ਤਾਂ ਕਈ ਵਾਰੀ ਦੁਨੀਆ ਪਤਾ ਨਹੀਂ ਸੋਨੇ ਚਾਂਦੀ ਹੀਰੇ ਜਵਾਹਰਾਤ ਕੀ ਚੜ੍ਹਾਈ ਜਾਂਦੇ ਹੈ, ਉਹ ਕਬੂਲ ਨਹੀਂ ਹੁੰਦਾ। ਆਖਿਰ ਉਹਦੇ ਪਿੱਛੇ ਕਾਰਨ ਕੀ ਹੈ ਬਾਬਾ ਜੀ? ਤਾਂ ਇੱਥੇ ਮਹਾਤਮਾ ਬੁੱਧ ਸਾਹਿਬ ਦੀ ਗੱਲ ਕਰਾਂਗੇ ਕਿ ਮਗਧ ਦੀ ਰਾਜਧਾਨੀ ਵਿੱਚ ਨਾ ਮਹਾਤਮਾ ਬੁੱਧ ਸਾਹਿਬ ਪ੍ਰਵਚਨ ਕਰਦੇ ਸੀਗੇ, ਸਤਸੰਗ ਕਰਿਆ ਕਰਦੇ ਸੀ। ਤਾਂ ਉਹ ਸਤਸੰਗ ਸੁਣਨ ਵਾਸਤੇ ਉੱਥੇ ਬੜੀ ਭਾਰੀ ਤਾਦਾਦ ਦੇ ਵਿੱਚ ਲੋਕਾਂ ਨੇ ਆਉਣਾ ਅਤੇ ਉਹਨਾਂ ਦੀ ਬਾਣੀ ਸੁਣਨੀ, ਉਹਨਾਂ ਦੇ ਵਚਨ ਸੁਣਨੇ, ਉਹਨਾਂ ਦੇ ਬੋਲ ਸੁਣਨੇ। ਅਤੇ ਲੋਕਾਂ ਨੂੰ ਇਹ ਅਹਿਸਾਸ ਹੋਣਾ ਕਿ ਜਿਵੇਂ ਅੰਮ੍ਰਿਤ ਦਾ ਅਹਿਸਾਸ ਹੋ ਰਿਹਾ ਹੈ, ਕਿਉਂਕਿ ਕਿਸੇ ਗੁਰੂ ਰਹਿਬਰ ਦੇ ਮੁੱਖ ਤੋਂ ਉਹਨਾਂ ਦੇ ਵਚਨ ਸੁਣਨੇ, ਇਹ ਅੰਮ੍ਰਿਤ ਨਾਲ ਘੱਟ ਨਹੀਂ ਹੈ ਬਾਬਾ ਜੀ। ਔਰ ਹੁਣ ਉੱਥੇ ਸਤਸੰਗ ਕਰਿਆ ਕਰਦੇ ਸੀ ਦੁਨੀਆ ਦੀ ਭੀੜ ਉਮੜਦੀ, ਤਾਂ ਹੁਣ ਕੁਛ ਸਮੇਂ ਬਾਅਦ ਨਾ ਮਹਾਤਮਾ ਬੁੱਧ ਸਾਹਿਬ ਨੇ ਅਗਲੇ ਸ਼ਹਿਰ ਵਿੱਚ ਜਾਣ ਦਾ ਵਿਚਾਰ ਕੀਤਾ। ਅਤੇ ਜਿੱਦਾਂ ਕਹਿ ਦਿੰਦੇ ਆ ਨਾ ਕਿ ਜੋਗੀ ਚੱਲਦੇ ਭਲੇ ਅਤੇ ਨਗਰੀ ਵੱਸਦੀ ਭਲੀ, ਕਿ ਉਹ ਇੱਕ ਜਗ੍ਹਾ ਹੁਣ ਹੋ ਗਿਆ, ਹੁਣ ਅੱਗੇ ਚੱਲਦੇ ਹਾਂ। ਅਤੇ ਹੁਣ ਅਗਲੇ ਦਿਨ ਜਦੋਂ ਮਹਾਤਮਾ ਬੁੱਧ ਸਾਹਿਬ ਨੇ ਸਤਸੰਗ ਕੀਤਾ ਤਾਂ ਸਤਸੰਗ ਦੀ ਜਦੋਂ ਸਮਾਪਤੀ ਹੋਈ ਤਾਂ ਮਹਾਤਮਾ ਬੁੱਧ ਸਾਹਿਬ ਨੇ ਉੱਥੋਂ ਜਾਣ ਦੀ ਜਿਹੜੀ ਹੈ ਉਹ ਘੋਸ਼ਣਾ ਕਰ ਦਿੱਤੀ ਵੀ ਹੁਣ ਅਸੀਂ ਇੱਥੋਂ ਜਾਣਾ ਹੈ। ਹੁਣ ਇਹ ਗੱਲ ਸੁਣ ਕੇ ਉਹ ਸਾਰੇ ਨਗਰ ਵਾਸੀ ਦੁਖੀ ਹੋ ਗਏ ਕਿ ਚਲੇ ਜਾਣਾ ਹੈ। ਅਤੇ ਸਾਰੇ ਕਹਿਣ ਲੱਗੇ ਕਿ ਮਹਾਰਾਜ ਦਇਆ ਕਰੋ, ਕਿਰਪਾ ਕਰੋ, ਤੁਸੀਂ ਥੋੜ੍ਹੀ ਦੇਰ ਹੋਰ ਰੁਕੋ, ਥੋੜ੍ਹੀ ਦੇਰ ਹੋਰ ਰੁਕੋ। ਪਰ ਮਹਾਤਮਾ ਬੁੱਧ ਸਾਹਿਬ ਨੇ ਹੁਣ ਕਿਹਾ ਕਿ ਨਹੀਂ, ਕਿ ਅਸੀਂ ਮਾਫ਼ੀ ਚਾਹੁੰਦੇ ਹਾਂ, ਅਸੀਂ ਇਹ ਤੁਹਾਡੀ ਗੱਲ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਸਾਡਾ ਹੁਣ ਇੱਥੋਂ ਜਾਣਾ ਹੈ। ਕਿਉਂਕਿ ਇਹਨਾਂ ਮਹਾਤਮਾ ਗੁਰੂ ਰਹਿਬਰਾਂ ਨੂੰ ਪਤਾ ਹੁੰਦਾ ਕਿ ਕਿਹੜਾ ਸਮਾਂ ਕਿੰਨੀ ਦੇਰ ਕਿੱਥੇ ਰੁਕਣਾ ਹੈ, ਕਿਉਂਕਿ ਦੁਨੀਆ ਵਾਲੇ ਹਿਸਾਬ ਨਾਲ ਨਹੀਂ, ਇਹ ਆਪਣੇ ਅੰਤਰ ਦੇ ਹਿਸਾਬ ਨਾਲ ਤੁਰਦੇ ਹੈ। ਜਦੋਂ ਆਵਾਜ਼ ਆ ਗਈ ਤਾਂ ਅੱਗੇ ਜਾਣਾ ਹੈ। ਹੁਣ ਜਿਹੜੇ ਉੱਥੇ ਨਗਰ ਵਾਸੀ ਸੀ ਜਾਂ ਜਿਹੜੇ ਉਹ ਲੋਕ ਸੀਗੇ ਜਿਹੜੇ ਸਤਸੰਗ ਸੁਣਨ ਆਉਂਦੇ ਸੀ, ਉਹਨਾਂ ਨੇ ਹੁਣ ਇੱਛਾ ਹੋਈ ਉਹਨਾਂ ਦੇ ਅੰਦਰ ਕਿ ਮਹਾਤਮਾ ਬੁੱਧ ਸਾਹਿਬ ਨੂੰ ਕੁਛ ਨਾ ਕੁਛ ਭੇਂਟ ਦਿੱਤੀ ਜਾਵੇ, ਕਿ ਆਪਣੀ ਆਪਣੀ ਪਹੁੰਚ ਮੁਤਾਬਕ ਤਿਲ ਫੁੱਲ ਭੇਂਟ ਚੜ੍ਹਾਈ ਜਾਵੇ। ਹੁਣ ਜਦੋਂ ਅਗਲੇ ਦਿਨ ਜਦੋਂ ਜਾਣਾ ਸੀ ਉਸ ਤੋਂ ਥੋੜ੍ਹਾ ਸਮਾਂ ਪਹਿਲਾਂ, ਜਦੋਂ ਮਹਾਤਮਾ ਬੁੱਧ ਸਾਹਿਬ ਉੱਥੇ ਹੁਣ ਆਪਣੇ ਆਸਣ ਦੇ ਉੱਤੇ ਵਿਰਾਜਮਾਨ ਹੋਏ, ਤਾਂ ਲੋਕ ਆਈ ਜਾਣ ਵੀ ਦਰਸ਼ਨ ਕਰ ਲਈਏ ਵੀ ਪਤਾ ਨਹੀਂ ਮਹਾਤਮਾ ਬੁੱਧ ਸਾਹਿਬ ਨੇ ਮੁੜ ਕੇ ਇੱਥੇ ਆਉਣਾ ਹੈ ਕਿ ਨਹੀਂ ਆਉਣਾ ਹੈ। ਕਿਉਂਕਿ ਜਹਾਂ ਮਿਲੇ ਕੋਈ ਗੁਰੂ ਰਹਿਬਰ ਪੀਰ ਫਕੀਰ ਮਹਾਤਮਾ ਸੰਤ ਪੁਰਖ ਉਸੇ ਦੁਆ ਲੈ ਜਾਓ, ਨਾ ਜਾਣੇ ਫਿਰ ਅਗਲੇ ਪਲ ਕਹਾਂ ਉਹਨਕੋ ਹਵਾ ਲੈ ਜਾਏ, ਉਹ ਗੱਲ ਹੋ ਜਾਂਦੀ ਹੈ। ਹੁਣ ਉਹ ਜਦੋਂ ਵਿਰਾਜਿਤ ਹੋਏ ਆਪਣੇ ਉੱਥੇ ਆਸਣ 'ਤੇ ਤਾਂ ਲੋਕਾਂ ਨੇ ਫਿਰ ਭੇਂਟਾਂ ਦੇਣੀਆਂ ਆਰੰਭ ਕੀਤੀਆਂ, ਸ਼ੁਰੂ ਕੀਤੀਆਂ। ਕੋਈ ਸੋਨਾ ਲਿਆ ਰਿਹਾ ਹੈ, ਕੋਈ ਚਾਂਦੀ ਲਿਆ ਰਿਹਾ ਹੈ, ਕੋਈ ਕੁਛ ਭੇਂਟ ਕਰ ਰਿਹਾ ਹੈ। ਮਹਾਤਮਾ ਬੁੱਧ ਸਾਹਿਬ ਇੱਦਾਂ ਪਿੱਛੇ ਪਿੱਛੇ ਰੱਖੀ ਜਾਂਦੇ, ਕਹਿੰਦੇ ਆਹ ਰੱਖ ਲਓ ਯਾਰ ਉੱਧਰ ਸਾਈਡ 'ਤੇ ਰੱਖ ਲਓ, ਮਤਲਬ ਪਰੇ ਪਰੇ ਰੱਖ ਦਿੰਦੇ। ਔਰ ਜਦੋਂ ਮਨ ਕਰਦਾ ਉਹ ਫਿਰ ਬਾਅਦ ਵਿੱਚ ਉੱਥੇ ਵੰਡ ਦਿੱਤੇ ਉਹਨਾਂ ਨੇ, ਮਤਲਬ ਲੈ ਕੇ ਨਹੀਂ ਕੁਛ ਗਏ। ਉਹਨਾਂ ਨੇ ਕਿਹਾ ਵੀ ਇਹ ਸਾਡੇ ਵਾਸਤੇ ਇਹ ਚੀਜ਼ਾਂ ਨਹੀਂ ਗੀਆਂ, ਤਾਂ ਉਹਨਾਂ ਨੇ ਲਈਆਂ ਨਹੀਂ ਚੀਜ਼ਾਂ। ਪਰ ਜਦੋਂ ਕੋਈ ਭੇਂਟ ਚੜਾਉਂਦਾ ਸੀ ਉਹ ਇੱਦਾਂ ਸਾਈਡ 'ਤੇ ਰੱਖ ਲੈਂਦੇ ਸੀ, ਆਪਣੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਕਹਿੰਦੇ ਉੱਥੇ ਸਾਈਡ 'ਤੇ ਰੱਖ ਦਿਉ। ਹੁਣ ਉੱਥੇ ਨਾ ਇੱਕ ਗਰੀਬ ਬਜ਼ੁਰਗ ਔਰਤ ਆਈ ਜਿਹਨਾਂ ਕੋਲ ਨਾ ਖਾਧਾ ਹੋਇਆ ਅੱਧਾ ਅੰਬ ਸੀ, ਜ਼ਰਾ ਗੌਰ ਕਰਨਾ, ਉਹ ਅੱਧਾ ਅੰਬ ਹੀ ਲੈ ਕੇ ਮਹਾਤਮਾ ਬੁੱਧ ਸਾਹਿਬ ਦੇ ਚਰਨਾਂ 'ਚ ਪਹੁੰਚੀ। ਅਤੇ ਉਹਨਾਂ ਨੇ ਉਹ ਅੱਧਾ ਅੰਬ ਜਿਹੜਾ ਜੂਠਾ ਸੀ ਉਹ ਮਹਾਤਮਾ ਬੁੱਧ ਸਾਹਿਬ ਦੇ ਚਰਨਾਂ 'ਚ ਰੱਖ ਕੇ ਕਹਿਣ ਲੱਗੀ ਕਿ ਪ੍ਰਭੂ, ਮਹਾਤਮਾ ਜੀ, ਭਗਵਾਨ, ਮੇਰੀ ਆਹੀ ਸਾਰੀ ਪੂੰਜੀ ਹੈ, ਜ਼ਰਾ ਗੌਰ ਕਰਨਾ ਕਿ ਇਹੀ ਮੇਰੀ ਸਮਸਤ ਪੂੰਜੀ ਹੈ, ਅਤੇ ਮੈਂ ਧੰਨ ਹੋਊਂਗੀ ਜੇ ਤੁਸੀਂ ਇਹ ਸਵੀਕਾਰ ਕਰ ਲਓਗੇ, ਜ਼ਰਾ ਗੌਰ ਕਰੋ।
ਕਿੱਥੇ ਸੋਨੇ ਚਾਂਦੀ ਹੀਰੇ ਜਵਾਹਰਾਤ ਦੁਨੀਆਂ 'ਚ ਕੋਈ ਚੜ੍ਹਾ ਰਹੀ, ਕੋਈ ਧਨ ਚੜ੍ਹਾ ਰਿਹਾ, ਉਹ ਪਰੇ ਰੱਖੀ ਜਾ ਰਹੇ ਹੈ। ਅਤੇ ਜਦੋਂ ਉਹ ਅੱਧਾ ਅੰਬ ਜਿਹੜਾ ਖਾਧਾ ਹੋਇਆ ਆਪਣਾ ਹੀ ਜੂਠਾ ਚਰਨਾਂ 'ਚ ਰੱਖਿਆ, ਕਹਿੰਦੀ ਇਹੀ ਮੇਰੀ ਸਾਰੀ ਪੂੰਜੀ ਹੈ ਮਹਾਰਾਜ, ਮੇਰੇ ਕੋਲ ਹੋਰ ਕੁਛ ਨਹੀਂ ਤੁਹਾਨੂੰ ਦੇਣ ਲਈ, ਕਿ ਜੇ ਤੁਸੀਂ ਕਬੂਲ ਕਰ ਲਓਗੇ ਤਾਂ ਮੈਂ ਧਨ ਹੋ ਜਾਊਂਗੀ। ਹੁਣ ਮਹਾਤਮਾ ਬੁੱਧ ਸਾਹਿਬ ਨੇ ਉਹ ਅੰਬ ਜਿਹੜਾ ਸੀਗਾ ਅੱਧਾ ਉਹ ਚੱਕਿਆ ਬੜੇ ਪਿਆਰ ਨਾਲ ਅਤੇ ਉਸਨੂੰ ਆਪਣੇ ਕੋਲ ਰੱਖ ਲਿਆ, ਉਹਦਾ ਗ੍ਰਹਿਣ ਕਰਨਾ ਸ਼ੁਰੂ ਕੀਤਾ, ਮਤਲਬ ਉਹਨੂੰ ਖਾਇਆ ਵੀ। ਹੁਣ ਸਾਰੇ ਨਗਰ ਵਾਸੀ ਹੈਰਾਨ, ਉਹ ਜਿਹੜੇ ਲੋਕ ਆਏ ਹੋਏ ਉਹ ਹੈਰਾਨ ਕਿ ਇੰਨਾ ਕੁਛ ਦਿੱਤਾ ਹੈ ਅਤੇ ਮਹਾਰਾਜ ਨੇ ਆ ਜੂਠਾ ਅੰਬ ਜਾ ਕੇ ਆਪਣੇ ਕੋਲ ਰੱਖ ਲਿਆ ਹੈ, ਇਹ ਗ੍ਰਹਿਣ ਕੀਤਾ, ਬਾਕੀ ਸਾਰੇ ਪਰੇ ਰੱਖਤੇ, ਵੀ ਚੱਕਰ ਕੀ ਹੈ। ਨਗਰ ਵਾਸੀਆਂ ਨੇ ਪੁੱਛਿਆ ਕਿ ਭਗਵਾਨ ਇਸ ਅੰਬ ਦੇ ਵਿੱਚ ਐਸਾ ਕੀ ਹੈ ਜੋ ਤੁਸੀਂ ਆਪ ਚੱਕ ਲਿਆ ਔਰ ਗ੍ਰਹਿਣ ਕੀਤਾ, ਮਤਲਬ ਖਾ ਲਿਆ ਅੰਬ, ਬਲਕਿ ਸਾਡੇ ਤਾਂ ਜਿਹੜੇ ਉਪਹਾਰ ਤੁਹਾਡੇ ਕੋਲ ਰੱਖੇ ਹੈ ਅਸੀਂ ਖਾਣ ਨੂੰ ਵੀ ਲੈ ਕੇ ਆਏ ਹਾਂ, ਹੀਰੇ ਜਵਾਹਰਾਤ ਵੀ ਨੇ, ਪੈਸੇ ਵੀ ਨੇ, ਤਾਂ ਉਹ ਤੁਸੀਂ ਉਪਹਾਰ ਇੱਕ ਪਾਸੇ ਰਖਵਾ ਦਿੱਤੇ ਸਾਰੇ। ਤਾਂ ਉਹ ਇਸ ਵਕਤ ਮਹਾਤਮਾ ਬੁੱਧ ਸਾਹਿਬ ਬੋਲੇ, ਕਹਿੰਦੇ ਇਸ ਬਜ਼ੁਰਗ ਮਾਤਾ ਦੇ ਕੋਲ ਜਿੰਨੀ ਵੀ ਪੂੰਜੀ ਸੀ ਉਹ ਅੱਧਾ ਅੰਬ ਹੀ ਸੀ, ਉਹਨਾਂ ਨੇ ਆਪਣੇ ਪੇਟ ਦੀ ਚਿੰਤਾ ਕੀਤੇ ਬਗੈਰ ਮੇਰੇ ਪ੍ਰਤੀ ਪਿਆਰ ਮੁਹੱਬਤ ਨਾਲ ਸ਼ਰਧਾ ਨਾਲ ਮੈਨੂੰ ਅਰਪਿਤ ਕੀਤਾ। ਰਗੌਰ ਕਰਨਾ ਕਿ ਉਹ ਅੱਧਾ ਅੰਬ ਹੀ ਸੀ ਉਹਨਾਂ ਕੋਲ, ਹੈ ਬਜ਼ੁਰਗ ਸੀ, ਗਰੀਬ ਸੀ ਮਾਤਾ, ਅੱਧਾ ਅੰਬ ਸੀ, ਜੂਠਾ ਸੀ ਉਹ ਵੀ, ਉਹ ਅਰਪਣ ਕਰ ਦਿੱਤਾ ਆਪਣੇ ਪੇਟ ਦੀ ਵੀ ਮੈਂ ਰੱਖਦੀ ਸੀ ਵੀ ਇੱਕ ਸਮਾਂ ਬਾਅਦ ਖਾ ਲੂੰਗੀ, ਕਿ ਅੱਧਾ ਅੰਬ ਹੁਣ ਖਾ ਲਿਆ ਅੱਧਾ ਬਾਅਦ, ਪਰ ਉਹਨੇ ਉਹ ਚਿੰਤਾ ਨਹੀਂ ਕੀਤੀ, ਉਹਨੇ ਕਦਮਾਂ 'ਚ ਰੱਖ ਦਿਆ। ਕਹਿੰਦੇ ਉਹਨੇ ਮੇਰੇ ਲਈ ਆਪਣੀ ਸਾਰੀ ਪੂੰਜੀ ਰੱਖ ਦਿੱਤੀ, ਜਦੋਂ ਕਿ ਤੁਸੀਂ ਲੋਕਾਂ ਨੇ ਹੰਕਾਰ ਦੇ ਨਾਲ ਆਪਣੇ ਧਨ ਦਾ ਕੁਛ ਹੀ ਹਿੱਸਾ ਮੈਨੂੰ ਭੇਂਟ ਕੀਤਾ, ਕੀਤਾ ਵੀ ਹੰਕਾਰ ਦੇ ਨਾਲ, ਅਤੇ ਤੁਹਾਡੇ ਇਹ ਬਹੁਮੁੱਲ ਜਿਹੜੇ ਉਪਹਾਰ ਸੀ, ਜਿਹੜਾ ਤੁਸੀਂ ਚੀਜ਼ਾਂ ਲੈ ਕੇ ਆਏ ਮੇਰੇ ਲਈ, ਚਾਹੇ ਖਾਣ ਲਈ ਲੈ ਕੇ ਆਏ, ਚਾਹੇ ਚੜ੍ਹਾਉਣ ਲਈ ਹੀਰੇ ਜਵਾਹਰਾਤ ਲੈ ਕੇ ਆਏ, ਧਨ ਲੈ ਕੇ ਆਏ, ਉਹਦੇ ਵਿੱਚ ਹੰਕਾਰ ਸੀ, ਅਤੇ ਉਹ ਜਿਹੜੀ ਬਜ਼ੁਰਗ ਮਾਈ ਸੀ ਜਿਹੜੀ ਅੱਧਾ ਅੰਬ ਜੂਠਾ ਹੀ ਲੈ ਕੇ ਆਈ ਮੇਰੇ ਕੋਲ, ਜਿਹਨੂੰ ਮੈਂ ਸਵੀਕਾਰ ਕੀਤਾ ਚੱਕ ਕੇ ਖਾ ਲਿਆ, ਉਹਦੇ ਵਿੱਚ ਸ਼ਰਧਾ ਸੀ, ਉਹਦੇ ਵਿੱਚ ਪਿਆਰ ਸੀ। ਜ਼ਰਾ ਗੌਰ ਕਰੋ, ਹੰਕਾਰ ਨਾਲ ਕੀਤਾ ਗਿਆ ਜਿਹੜਾ ਦਾਨ ਹੈ ਉਹ ਕਬੂਲ ਨਹੀਂ ਹੈ ਬਾਬਾ। ਕਿਉਂ ਆਖਰ, ਇਹਦਾ ਮਤਲਬ ਕੀ ਹੈ? ਕਿਉਂਕਿ ਸ਼ਰਧਾ ਨਾਲ ਕੀਤਾ ਗਿਆ ਜਿਹੜਾ ਦਾਨ ਹੈ ਨਾ, ਉਹ ਜਿਹਨੂੰ ਤੁਸੀਂ ਦਾਨ ਕਰ ਰਹੇ ਹਾਂ ਉਹ ਵੀ, ਚਾਹੇ ਆਪਣੇ ਦਾਤੇ ਨੂੰ ਕਰ ਰਹੇ ਹਾਂ ਉਹ ਵੀ, ਅਤੇ ਜਿਹੜਾ ਦਾਨ ਕਰ ਰਿਹਾ ਹੈ ਉਹ ਵੀ, ਦੋਨਾਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ। ਜ਼ਰਾ ਗੌਰ ਕਰੋ, ਉਹ ਆਤਮਾ ਤ੍ਰਿਪਤ ਹੋ ਜਾਂਦੀ ਹੈ। ਪਰ ਕਹਿੰਦੇ ਜਿਹਦੇ 'ਚ ਹੰਕਾਰ ਕੀਤਾ ਗਿਆ ਦਾਨ ਹੁੰਦਾ ਹੈ ਨਾ, ਉਹ ਸਿਰਫ ਫਿਰ ਜਾਂ ਤਾਂ ਕਿਸੇ ਦੀ ਆਵਸ਼ਕਤਾ ਕੋਈ ਪੂਰੀ ਕਰ ਸਕਦਾ ਹੈ, ਜਾਂ ਫਿਰ ਉਸ ਵਕਤ ਦੇ ਲਈ ਜੋ ਸਾਹਮਣੇ ਦਿਖਦਾ ਹੈ ਜਾਂ ਦਿਖਾਉਂਦਾ ਹੈ, ਉਸ ਵਕਤ ਦੇ ਲਈ ਉਹ ਦੁਨੀਆਂ ਨੂੰ ਸੰਤੁਸ਼ਟ ਕਰ ਸਕਦਾ ਹੈ, ਪਰ ਨਾ ਦੇਣ ਵਾਲੇ ਨੂੰ ਸੰਤੁਸ਼ਟ ਕਰ ਸਕਦਾ ਹੈ, ਨਾ ਜਿਹਨੂੰ ਦਾਨ ਕੀਤਾ ਗਿਆ ਹੈ ਉਸ ਦੀ ਆਤਮਾ ਨੂੰ ਤ੍ਰਿਪਤੀ ਮਿਲ ਸਕਦੀ। ਕਿਉਂਕਿ ਤ੍ਰਿਪਤੀ ਤਾਂ ਉਹਨੂੰ ਹੀ ਮਿਲਣੀ ਹੈ ਜਿਹਨੇ ਪ੍ਰੇਮ ਨਾਲ ਆਪਣਾ ਆਪ ਅਰਪਣ ਕੀਤਾ ਹੈ, ਚਾਹੇ ਕੁਛ ਵੀ ਹੈ, ਥੋੜ੍ਹੀ ਜਿਹੀ ਚੀਜ਼ ਵੀ ਹੈ, ਜੇ ਉਹ ਪ੍ਰੇਮ ਨਾਲ ਸ਼ਰਧਾ ਨਾਲ ਕੀਤੀ ਗਈ, ਸਾਈਂ ਕਰ ਲੈ ਕਬੂਲ, ਨਿਮਾਣੀ ਦਾ ਪ੍ਰੇਮ ਵੇ, ਬੜੀ ਸ਼ਰਧਾ ਨਾਲ ਲੈ ਕੇ ਆਈ ਹਾਂ ਪਿਆਰ, ਜਾਂ ਉਹ ਪਿਆਰ ਨਾਲ ਕੋਈ ਵੀ ਆਪਾਂ ਤਿਲ ਫੁੱਲ ਲੈ ਕੇ ਜਾਂਦੇ ਹਾਂ ਗੁਰੂ ਘਰ ਦੇ ਵਿੱਚ, ਮੰਦਰ ਦੇ ਵਿੱਚ, ਮਸਜਿਦ ਦੇ ਵਿੱਚ, ਸਾਈਂਦਾਰ, ਕਿਤੇ ਵੀ, ਜਿੱਥੇ ਵੀ ਜਾਂਦੇ ਹਾਂ, ਜਦੋਂ ਪ੍ਰੇਮ ਨਾਲ ਕੁਛ ਚੜਾਉਂਦੇ ਹਾਂ ਤਾਂ ਉਹ ਕਬੂਲ ਹੋ ਜਾਂਦਾ ਹੈ, ਕਿਉਂਕਿ ਉਹ ਦਾਤਾ ਲਈ ਵੀ ਆਤਮਾ ਹੀ ਤ੍ਰਿਪਤੀ ਪੈਦਾ ਕਰਦਾ ਹੈ, ਔਰ ਜਿਹੜਾ ਯਾਚਕ ਹੁੰਦਾ ਹੈ ਉਹਦੇ ਲਈ ਵੀ ਬਾਬਾ ਜੀ। ਸੋ ਦਾਨ ਉਹੀ ਹੈ ਜਿਹੜਾ ਪ੍ਰੇਮ ਅਤੇ ਸ਼ਰਧਾ ਨਾਲ ਕੀਤਾ ਜਾਵੇ, ਅਭਿਮਾਨ ਨਾਲ ਕੀਤਾ ਹੋਇਆ ਦਾਨ ਨਹੀਂ ਹੈ ਕਿਸੇ ਕੰਮ ਦਾ। ਦਸ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦਾ, ਉਹ ਵਾਲੀ ਗੱਲ ਹੈ, ਮੱਥਾ ਟੇਕਦਾ ਕਿ ਰੱਬ 'ਤੇ ਅਹਿਸਾਨ ਕਰਦਾ, ਦਸ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦਾ। ਸੋ ਉਹ ਕਬੂਲ ਵੀ ਫਿਰ ਉਸੇ ਦਾ ਹੀ ਕਰਦੇ ਜੋ ਪ੍ਰੇਮ ਅਤੇ ਸ਼ਰਧਾ ਨਾਲ ਲੈ ਕੇ ਆਉਂਦਾ ਹੈ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ।
ਓਮ ਬੁੱਧਾਏ ਨਮਃ।